ਪੰਜਾਬ ਦੇ ਵਿੱਚ ਪੈਰੀ ਕੜਾਕੇ ਦੀ ਗਰਮੀ ਨੇ, ਔਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਪਹਾੜਾਂ ਵਿੱਚ ਹੋ ਰਹੀ ਮੂਸਲਾਧਾਰ ਬਾਰਿਸ਼ ਨੇ ਕਿਤੇ ਨਾ ਕਿਤੇ ਸਬਜ਼ੀਆਂ ਦੇ ਰੇਟ ਜਿਹੜੇ ਆ ਉਹ ਅਸਮਾਨ 'ਤੇ ਜਿਹੜੇ ਆ ਛੂਹਣੇ ਸਟਾਰਟ ਹੋ ਚੁੱਕੇ ਨੇ। ਸਬਜ਼ੀਆਂ ਰੇਟ ਜਿਹੜੇ ਆ ਉਹ ਕਾਫੀ ਜੇ ਵੱਧ ਚੁੱਕਿਆ ਅਤੇ ਆਮ ਜਿਹੜੇ ਆ ਲੋਕਾਂ ਦੇ ਜਿਹੜੀ ਹੈ ਪਹੁੰਚ ਤੋਂ ਜਿਹੜੇ ਬਾਹਰ ਹੁੰਦੇ ਜਾ ਰਹੇ ਆ। ਤਾਂ ਅੱਜ ਤੁਹਾਨੂੰ ਤਸਵੀਰਾਂ ਦਿਖਾਉਂਗੇ ਫਿਰੋਜ਼ਪੁਰ ਦੀ ਛਾਉਣੀ ਦੀ ਸਬਜ਼ੀ ਮੰਡੀ ਦੇ ਵਿੱਚ ਖੜ੍ਹੇ ਹਾਂ। ਤਾਂ ਹਾਲਾਤ ਤੁਸੀਂ ਦੇਖ ਸਕੋ, ਜਿਹੜੇ ਲੋਕ ਹੈ ਸਬਜ਼ੀਆਂ ਖਰੀਦਣ ਆਏ ਆ, ਜਿੱਥੇ 1 ਕਿਲੋ 2-2 ਕਿਲੋ ਜਿਹੜੇ ਸਬਜ਼ੀ ਖਰੀਦੇ ਸੀ, ਅੱਜ ਜਿਹੜੀ ਹੈ 100 ਗ੍ਰਾਮ 500 ਗ੍ਰਾਮ ਜਾਂ 1/2 ਕਿਲੋ ਜਿਹੜੀ ਸਬਜ਼ੀ ਖਰੀਦ ਰਹੇ ਆ। ਤਾਂ ਕਾਫੀ ਜਿਹੜੇ ਆ ਆਮ ਲੋਕਾਂ ਦੀ ਜੇਬਾਂ 'ਤੇ ਜਿਹੜਾ ਅਸਰ ਪੈ ਰਿਹਾ। ਤਾਂ ਅਸੀਂ ਗੱਲਬਾਤ ਕਰਦੇ ਹਾਂ ਜਿਹੜੇ ਲੋਕ ਹੈ ਸਬਜ਼ੀ ਖਰੀਦਣ ਆਏ ਹੋਏ ਆ, ਤਾਂ ਗੱਲਬਾਤ ਕਰਦੇ ਹਾਂ। ਸਰ, ਸਬਜ਼ੀ ਖਰੀਦਣ ਆਏ ਹੋ? ਹਾਂਜੀ ਹਾਂਜੀ, ਸਬਜ਼ੀ ਖਰੀਦਣ ਆਏ ਜੀ। ਤਾਂ ਕਿਵੇਂ ਲੱਗਦਾ ਸਬਜ਼ੀਆਂ ਦੇ ਰੇਟ ਨੂੰ ਦੇਖ ਕੇ? ਕਿਵੇਂ ਲੱਗਦਾ ਜਨਾਬ, ਤੁਹਾਨੂੰ ਵੀ ਪਤਾ ਹੀ ਹੈ ਨੇ, ਮਹਿੰਗੀ ਸਬਜ਼ੀ ਖਾਣੀ ਕਿਹੜਾ ਕਿਤੇ ਸੌਖੀ ਪਈ ਹੈ। ਤਾਂ ਕੀ ਰੇਟ ਹੈ, ਜਿਵੇਂ ਸਬਜ਼ੀਆਂ ਦੇ ਰੇਟ ਜੇ ਗੱਲ ਕੀਤੀ, ਅੱਜ ਕੀ ਲੈਣਾ ਹੈ? ਆਲੂ ਲੈਣਾ ਹੈ, ਇਹਦੇ ਆ ਲੋਕੀ ਲਾਕੀ ਵੇਖਦੇ ਕੀ ਹੈਗਾ, ਜੋ ਮਿਲ ਜਾਏ ਲੈ ਲਾਂਗੇ। ਕੀ ਰੇਟ ਕੀ ਅੱਜ ਲੱਗ ਰਿਹਾ ਪਹਿਲੇ ਨਾਲੋਂ? ਆਲੂ ਜੀ 40 ਰੁਪਏ ਦੱਸ ਰਹੇ ਨੇ, ਆਹ ਲੋਕੀ ਜੇ ਪੁੱਛੀ ਹੈ ਤੇ 80 ਰੁਪਈਆ ਦੱਸ ਰਹੇ ਆ। ਕਿਆ ਘੱਟ ਕਰ ਲਓ, ਹੁਣ ਕੀ ਕਹਿੰਦੇ ਪਿੱਛੋਂ ਵੀ ਰੇਟ ਜ਼ਿਆਦਾ, ਅਸੀਂ ਵੀ ਕੀ ਕਰੀਏ, ਲੈਣੀ ਦਿਖਾਣੀ ਤਾਂ ਹੈਗੀ। ਪਹਿਲਾਂ ਨਾ ਕੋਈ ਫਰਕ ਜ਼ਿਆਦਾ ਲੱਗ ਰਿਹਾ ਜਨਾਬ? ਜਦੋਂ ਤੁਹਾਨੂੰ ਰੇਟ ਹੀ ਇੰਨੇ ਜ਼ਿਆਦਾ ਦੱਸੀ ਜਾਂਦੇ ਆ ਤਾਂ ਫਰਕ ਤਾਂ ਆਪ ਹੀ ਹੈਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਆਮ ਲੋਕਾਂ ਦੀ ਜੇਬਾਂ 'ਤੇ ਅਸਰ ਪੈ ਰਿਹਾ, ਰੇਟ ਜਿਹੜੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਵਧੇ ਹੋਏ ਨੇ। ਤਾਂ ਰੇਟ ਤੁਸੀਂ ਅਸਮਾਨ ਛੂੰਦੇ ਨਜ਼ਰ ਆ ਰਹੇ, ਸਬਜ਼ੀਆਂ ਦੇ ਰੇਟ ਹੈ ਇੰਨੇ ਜ਼ਿਆਦਾ ਹੋ ਚੁੱਕੇ ਨੇ। ਤਾਂ ਲੌਂਕੀ ਜਿੱਥੇ ਜਿਹੜੀ ਗੱਲ ਕੀਤੀ ਜਾਵੇ ਤਾਂ 15-20 ਰੁਪਏ ਕਿਲੋ ਹੁੰਦੀ ਸੀਗੀ, ਤਾਂ ਅੱਜ ਇਸਦਾ ਰੇਟ 70-80 ਰੁਪਏ ਕਿਲੋ ਹੈ। ਅਗਰ ਟਮਾਟਰ ਦੀ ਗੱਲ ਕੀਤੀ ਜਾਵੇ ਤਾਂ ਟਮਾਟਰ ਜਿਹੜੇ ਆ ਅੱਜ 100-130 ਰੁਪਏ ਕਿਲੋ ਵਿਕ ਰਹੇ ਆ। ਅਗਰ ਆਲੂ ਦੀ ਗੱਲ ਕੀਤੀ ਜਾਵੇ ਤਾਂ ਆਲੂ ਦੇ ਜਿਹੜੇ ਭਾਅ ਨੇ ਉਹ ਅਸਮਾਨ ਛੂ ਰਹੇ ਨੇ, ਜਿੱਥੇ 10-15 ਰੁਪਏ ਕਿਲੋ ਸੀਗੇ, ਅੱਜ ਇਸਦਾ ਰੇਟ 40 ਰੁਪਏ ਕਿਲੋ ਹੈ। ਤਾਂ ਪਿਆਜ਼ ਜਿਹੜੇ ਹੈ, ਪਿਆਜ਼ ਆਮ ਲੋਕਾਂ ਨੂੰ ਜਿਹੜਾ ਆਸੂ ਬਹਾਉਂਦੇ ਨਜ਼ਰ ਆ ਰਿਹਾ, ਤਾਂ ਇਹ ਅੱਜ ਪਿਆਜ਼ ਹੈ 50-60 ਰੁਪਏ ਕਿਲੋ ਹੈ। ਤਾਂ ਅੱਜ ਦੁਕਾਨਦਾਰ ਨਾਲ ਵੀ ਗੱਲਬਾਤ ਕਰਾਂਗੇ ਕਿ ਸਬਜ਼ੀਆਂ ਦੇ ਰੇਟ ਹੈ ਜਿਹੜੇ ਆਸਮਾਨ ਛੂ ਰਿਹਾ, ਤਾਂ ਕਿਵੇਂ ਗਾਹਕ ਆ ਰਿਹਾ? ਇਹ ਜੀ ਆਸਮਾਨ ਇਸ ਕਰਕੇ ਛੂ ਰਿਹਾ, ਪਹਿਲੇ ਸਸਤਾ ਸੀ ਪਿਆਜ਼, ਤੋ ਹੁਣ ਪਿੱਛੋਂ ਵੀ ਪਿਆਜ਼ ਬਾਰਿਸ਼ਾਂ ਪਈ, ਇਸ ਕਰਕੇ ਤੇਜ਼ ਹੋ ਗਿਆ ਪਿਆਜ਼ ਜੀ, ਪਿਆਜ਼ ਤੇਜ਼ ਹੋ ਗਿਆ। ਗ੍ਰਾਹਕ ਜੋ ਹੈ ਸਬਜ਼ੀ ਖਰੀਦਣ ਆ ਰਿਹਾ? ਹਾਂਜੀ, ਖਰੀਦਣੇ ਤੋਂ ਆ ਰਿਹਾ, ਬਾਹਰ ਸੁਣ ਕੇ ਡਰ ਜਾਂਦਾ, ਕਹਿੰਦਾ ਇਤਨਾ ਬਾਹਰ ਕੈਸੇ ਤੇਜ਼ ਹੋ ਗਿਆ ਜੀ, ਪਿਆਜ਼ 50-60 ਰੁਪਏ ਕਿਲੋ ਹੋ ਗਿਆ ਜੀ, ਆਲੂ 40 ਰੁਪਏ ਕਿਲੋ ਹੋ ਗਿਆ, ਲੌਕੀ 80 ਰੁਪਏ ਕਿਲੋ ਹੋ ਗਈ, ਟਮਾਟਰ 150 ਰੁਪਏ ਕਿਲੋ ਹੋ ਗਿਆ ਜੀ। ਔਰ ਗਾਹਕ ਕਹਿੰਦਾ ਇਤਨਾ ਮਹਿੰਗਾ ਕੈਸੇ ਖਰੀਦੇਂਗੇ, ਮਾਰੀ ਤੋਂ ਜੇਬੇ ਖਾਲੀ ਹੋਈ ਤੇ ਦਿਹਾੜੀ ਮਜ਼ਦੂਰੀ ਕਰਕੇ ਆਤੇ ਜੀ। ਤਾਂ ਗਰਮੀ ਇਤਨੀ ਜ਼ਿਆਦਾ ਪੜ ਰਹੀ ਹੈ, ਤਾਂ ਆਪਣੀ ਸਬਜ਼ੀ ਵੀ ਕਹੀਂ ਨਾ ਕਹੀਂ ਖਰਾਬ ਹੋ ਰਹੀ ਹੈ, ਤਾਂ ਉਸਕੋ ਕੈਸੇ ਆਪ ਸੰਭਾਲਦੇ ਕੈਸੇ ਹੋ? ਪਾਣੀ ਕੀ ਛਿੱਟਾ ਮਾਰਨੀ ਪੜਤੀ ਜੀ ਸਬਜ਼ੀਓਂ ਕੋ, ਲੇਕਿਨ ਪਿਆਜ਼ ਲਸਣ ਕੋ ਛੋੜ ਕੇ ਟਮਾਟਰ ਕੋ ਬਾਕੀ ਸਾਰੀ ਸਬਜ਼ੀ ਹੋ, ਹਰੀ ਸਬਜ਼ੀ ਹੋ, ਪਾਣੀ ਛਿੱਟਾ ਮਾਰਨੀ ਪੜਤੀ ਹੈ, ਤਾਂ ਇਸ ਕਰਕੇ ਬਚਾਤੇ ਹਮ ਇਸਕੋ ਗਰਮੀ ਸੇ। ਔਰ ਫਿਰ ਅਗਲੇ ਦਿਨ ਜੋ ਬਚ ਜਾਤੀ ਥੋੜ੍ਹੀ ਬਹੁਤ ਖਰਾਬ ਵੀ ਹੋ ਜਾਤੀ, ਹਮਾਰਾ ਨੁਕਸਾਨ ਵੀ ਹੋਤਾ ਹੈ, ਨੁਕਸਾਨ ਵੀ ਹੋਤਾ ਹੈ। ਤੋ ਅਭੀ ਗਰਮੀ ਜੈਸੇ ਪੰਜਾਬ ਮੇਂ ਤੋ ਗਰਮੀ ਬਹੁਤ ਪੜ ਰਹੀ ਹੈ, ਪਹਾੜੀ ਇਲਾਕੋ ਮੇਂ ਬਾਰਿਸ਼ ਪੜ ਰਹੀ ਹੈ, ਤੋ ਪਹਾੜੀ ਇਲਾਕੋ ਸੇ ਜੈਸੇ ਗੋਭੀ ਆ ਰਹੀ ਥੀ ਜਾਂ ਔਰ ਸਮਾਨ ਆ ਰਹਾ ਥਾ, ਵੋ ਉਸਮੇਂ ਕੋਈ ਫਰਕ ਹੈ? ਉਸਮੇਂ ਉਹ ਤੋ ਹੋਰ ਵੀ ਜ਼ਿਆਦਾ ਤੇਜ਼ ਹੋ ਗਈ ਜੀ, ਜੈਸੇ ਬੀਨਸ ਹੋ ਗਈ, ਫੁੱਲ ਗੋਭੀ ਹੋ ਗਈ, ਇਹ ਬਾਰਿਸ਼ ਆ ਰਹੀ, ਸ਼ਿਮਲਾ ਮਿਰਚ ਵੀ, ਇਹ ਵੀ ਇਸੀ ਕਰਕੇ ਮਹਿੰਗੀ ਹੋਈ ਜੀ, ਅਤੇ ਜੋ ਬਾਰਿਸ਼ਾਂ ਬੁਰਸ਼ਾਂ ਪਈ ਹੈ। ਕੈਸੇ ਲੱਗਤਾ ਹੈ ਜੈਸੇ ਗ੍ਰਾਹਕ ਪਹਿਲੇ ਆਮ ਦੇਖਣੇ ਕੋ ਮਿਲਤਾ ਥਾ, ਜੈਸੇ ਸਬਜ਼ੀ ਖਰੀਦਣੇ ਕੇ ਲਿਏ ਆ ਰਹੇ, ਤੋ ਅਬ ਕਿਤਾ ਹੈ ਕੈਸੇ ਆ ਰਹੇ ਹੈ? ਅਬ ਥੋੜ੍ਹੇ ਥੋੜ੍ਹੇ ਆ ਰਹੇ ਜੀ, ਕਹਿ ਰਹੇ ਜਾਂ ਕਿਲੋ ਲੈਣੀ ਹੋਤੀ ਵਾਂ 1/2 ਕਿਲੋ ਲੈ ਰਹੇ ਹੈ, ਜਾਂ 1/2 ਕਿਲੋ ਲੈਣੀ ਉਧਰ ਪਾਈਆ ਲੈ ਰਹੇ ਜੀ, ਕਹਿ ਰਹੇ ਘਰ ਕਾ ਗੁਜ਼ਾਰਾ ਕੈਸੇ ਕਰੇਂਗੇ, ਕਹਿ ਰਹੇ ਇਸੀ ਮੈਂ ਕਰਨਾ ਪੜੇਗਾ ਮਹਿੰਗੀ ਸਬਜ਼ੀਆਂ ਕਰਕੇ, ਜਾਂ ਜਿਹਨੇ ਕਿਲੋ ਆਲੂ ਲੈਣੇ ਤੇ ਉਹ 1/2 ਕਿਲੋ ਆਲੂ ਲੈ ਕੇ ਜਾ ਰਿਹਾ ਜੀ ਮਹਿੰਗੇ ਕਰਕੇ। ਬਿਲਕੁਲ, ਜਿੱਥੇ ਮਹਿੰਗਾਈ ਦਾ ਜਿੱਥੇ ਅਸਰ ਜਿਹੜਾ ਆਮ ਲੋਕਾਂ ਦਾ ਪਿਆ, ਤਾਂ ਕਿਤੇ ਨਾ ਕਿਤੇ ਦੁਕਾਨਦਾਰ 'ਤੇ ਵੀ ਪਿਆ, ਕਿ ਜਿੱਥੇ ਲੋਕ ਹੈ
ਸਬਜ਼ੀ ਜਿਹੜੀ ਖਰੀਦਣ ਦੇ ਵਾਸਤੇ ਜਿੱਥੇ ਕਿਲੋ 2 ਕਿਲੋ ਦਾ ਲੈਂਦੇ ਸੀਗੇ ਤਾਂ ਅੱਜ ਜਿੱਥੇ ਪਾਈਆ ਅੱਧਾ ਕਿਲੋ ਨਾਲ ਗੁਜ਼ਾਰਾ ਕਰ ਰਿਹਾ ਤਾਂ ਇਹ ਮੰਡੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਮੰਡੀ ਦੇ ਵਿੱਚ ਕਿਸੇ ਤਰ੍ਹਾਂ ਵੀ ਜਿਹੜਾ ਗਾਹਕ ਹੈ ਉਹ ਨਹੀਂ ਦੇਖਣ ਨੂੰ ਮਿਲ ਰਿਹਾ, ਟਾਵਾਂ ਟਾਵਾਂ ਗਾਹਕ ਹੈ ਜਿਹੜਾ ਇੱਕਾ ਦੁੱਕਾ ਦੇਖਣ ਨੂੰ ਮਿਲ ਰਿਹਾ, ਕਿਉਂਕਿ ਸਬਜ਼ੀਆਂ ਦੇ ਰੇਟ ਹੈ ਜਿਹੜਾ ਅਸਮਾਨ ਛੂ ਰਿਹਾ, ਅੱਤ ਦੀ ਪੈ ਰਹੀ ਗਰਮੀ ਔਰ ਦੂਜੇ ਪਾਸੇ ਪਹਾੜੀਆਂ 'ਚ ਹੋ ਰਹੀ ਬਰਸਾਤ, ਇਹ ਸਬਜ਼ੀਆਂ ਦੇ ਰੇਟ ਹੈ ਜਿਹੜੇ ਉਹ ਕਾਫੀ ਜਿਹੜੇ ਹੈ ਅਸਮਾਨ ਦੇ ਵਿੱਚ ਛੂੰਦੇ ਨਜ਼ਰ ਆ ਰਿਹਾ। ਤਾਂ ਖੀਰਾ ਜਿਹੜਾ 50 ਤੋਂ 60 ਰੁਪਏ ਕਿਲੋ ਹੈ, ਅਗਰ ਆਲੂ ਦੀ ਗੱਲ ਕੀਤੀ ਜਾਵੇ ਤਾਂ 40 ਤੋਂ 50 ਰੁਪਏ ਕਿਲੋ, ਅਗਰ ਇਹ ਗੋਭੀ ਦੀ ਗੱਲ ਕੀਤੀ ਜਾਵੇ ਪਹਾੜੀ ਗੋਭੀ ਦੀ ਗੱਲ ਕੀਤੀ ਜਾਵੇ ਤਾਂ 70 ਤੋਂ 80 ਰੁਪਏ ਕਿਲੋ, ਅਗਰ ਟਮਾਟਰ ਦੀ ਗੱਲ ਕੀਤੀ ਜਾਵੇ ਤਾਂ 100 ਤੋਂ 150 ਰੁਪਏ ਕਿਲੋ, ਤਾਂ ਪਿਆਜ਼ ਹੈ ਉਹ ਕਿੱਥੇ ਨਾ ਕਿੱਥੇ ਆਮ ਲੋਕਾਂ ਦੇ ਆਸੂ ਬਹਾਂਦਾ ਨਜ਼ਰ ਆ ਰਿਹਾ। ਜੇ ਪਿਆਜ਼ ਦੀ ਗੱਲ ਕੀਤੀ ਜਾਵੇ ਤਾਂ 40 ਤੋਂ 50 ਰੁਪਏ ਕਿਲੋ ਹੈ, ਔਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਿਆਜ਼ ਸਬਜ਼ੀਆਂ ਦੇ ਰੇਟ ਕਿੱਥੇ ਨਾ ਕਿੱਥੇ 10 ਤੋਂ 20 ਰੁਪਏ ਕਿਲੋ ਦੇਖਣ ਨੂੰ ਮਿਲ ਰਹੇ ਸੀਗੇ, ਪਰ ਅੱਜ ਕਿੱਥੇ ਨਾ ਕਿੱਥੇ ਪਿਆਜ਼ ਹੈ ਔਰ ਸਬਜ਼ੀਆਂ ਜਿਹੜੀਆਂ ਆਮ ਲੋਕਾਂ ਦੇ ਜਨਤਾ ਦੇ ਜਿਹੜੀ ਹੈ ਬਜਟ ਤੋਂ ਕਿੱਥੇ ਨਾ ਕਿੱਥੇ ਬਾਹਰ ਹੁੰਦੀਆਂ ਨਜ਼ਰ ਆ ਰਹੀਆਂ। ਹੁਣ ਦੇਖਣਾ ਹੋਏਗਾ ਪੰਜਾਬ ਦੇ ਵਿੱਚ ਪੈ ਰਹੀ ਅੱਤ ਦੀ ਗਰਮੀ ਨੂੰ ਲੈ ਕੇ ਜਾਂ ਪਹਾੜੀ ਇਲਾਕੇ 'ਚ ਹੋ ਰਹੀ ਬਾਰਿਸ਼ ਨੂੰ ਲੈ ਕੇ ਹੁਣ ਸਬਜ਼ੀਆਂ ਦੇ ਰੇਟ ਕੀ ਕੱਟਣਗੇ ਕਿ ਇਸੇ ਤਰ੍ਹਾਂ ਜਿਹੜੇ ਆਸਮਾਨ ਜਿਹੜੇ ਛੂੰਦੇ ਨਜ਼ਰ ਆਉਣਗੇ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਜਗਦੀਸ਼ ਕੁਮਾਰ ਦੀ ਫੈਕਟ ਨਿਊਜ਼।